ਕੱਲ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਪੂਰੇ ਮਤਲਬ ਪੰਜਾਬ ਦੇ ਵਿੱਚ ਵੀ ਦੂਜੇ ਸੂਬਿਆਂ ਦੇ ਵਿੱਚ ਵੀ ਟਾਲ ਫ੍ਰੀ ਕੀਤੇ ਗਏ ਨੇ ਪੰਜਾਬ ਪ੍ਰਧਾਨ ਭਾਜਪਾ ਦਾ ਜਿਹੜਾ ਹੈਗਾ ਉਹਦੇ ਘਰ ਦੇ ਮੂਹਰੇ ਅਸੀਂ ਬੈਠਾਂਗੇ ਸੁਨੀਲ ਜਾਖੜ ਦੇ ਸਾਬਕਾ ਮੁੱਖ ਮੰਤਰੀ ਕਪਟਨ ਅਮਨਿੰਦਰ ਸਿੰਘ ਉਹਦੀ ਕੋਠੀ ਘੇਰਾਂਗੇ ਕੱਲ ਨੂੰ ਜਿਹੜੀ ਭਾਰਤੀ ਕਿਸਾਨ ਜੂਨ ਗੱਲ ਕੱਲ ਵੀ ਐਲਾਨ ਕੀਤਾ ਕਿ ਭਰਾਵੋ ਜਜੇ ਰਹੋ ਡਟੇ ਰਹੋ ਕੋਈ ਗੱਲ ਨਹੀਂ ਅਸੀਂ ਆਗੇ ਮੈਦਾਨ ਚ ਜਿਵੇਂ ਦੋ ਦੇਸ਼ਾਂ ਦੀ ਲੜਾਈ ਲੱਗਦੀ ਹੁੰਦੀ ਆ ਇਸ ਤਰੀਕੇ ਨਾਲ ਜਿਹੜੇ ਲੱਤਾਂ ਟੁੱਟੀਆਂ ਨੇ ਸਾਡੇ ਭਰਾਵਾਂ ਦੇ ਲੱਤਾਂ ਦੇ ਉੱਤੇ ਲੱਗੇ ਨੇ ਆ ਕੇ ਜਿਹੜੇ ਜਣੇ ਨੌਜਵਾਨਾਂ ਦੇ ਸਰਲੇ ਲੱਗੇ ਨੇ ਅੱਖਾਂ ਗਈਆਂ ਨੇ ਸਾਡੇ ਨੌਜਵਾਨਾਂ ਦੀ ਐਡਾ ਵੱਡਾ ਤਸਾਦਤ ਕਿਹੜੇ ਬਾਗ ਦੀ ਮੂਲੀਆ ਮੋਦੀ ਇਹ ਤਾਂ ਲੋਕਾਂ ਨੇ ਔਰੰਗਜ਼ੇਬ ਨਹੀਂ ਛੱਡਿਆ ਇੱਥੇ ਅੰਗਰੇਜ਼ ਕਹਿੰਦੇ ਸਾਡੇ ਰਾਜ ਤਾਂ ਸੂਰਜ ਨਹੀਂ ਛਿਪਦਾ ਇਸ ਕਰਕੇ ਇੱਥੇ ਮੁਗਲ ਨਹੀਂ ਰਹੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਭਾਰਤੀ ਕਿਸਾਨ ਜੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਕ ਐਲਾਨ ਕੀਤਾ ਸੀ ਕਿ ਜਿਹੜਾ ਸ਼ੰਭੂ ਬਾਰਡਰ ਜਖਨੌਰੀ ਬਾਰਡਰ ਜਿਹੜਾ ਕੇਂਦਰ ਸਰਕਾਰ ਤੱਕਾ ਕਰ ਰਹੀ ਆ ਹਰਿਆਣਾ ਪੁਲਿਸ ਪ੍ਰਸ਼ਾਸਨ ਤੱਕਾ ਕਰ ਰਿਆ ਉਸ ਲਈ ਅਸੀਂ ਦੋ ਹੱਥ ਦੇਖਣੇ ਨੇ 17 ਫਰਵਰੀ ਨੂੰ ਦੇਖਾਂਗੇ ਜਨਨ ਕਿ ਪਹਿਲਾਂ ਤਾਂ ਇਹੀ ਗੱਲ ਆਖੀ ਸੀ ਅਤੇ ਤੁਹਾਨੂੰ ਹੁਣ ਜਾਣਕਾਰੀ ਇਹ ਦੇ ਦਈਏ ਕਿ ਇੱਕ ਵੱਡਾ ਪਲਾਨ ਬਣਾਇਆ ਭਾਰਤੀ ਕਿਸਾਨ ਜੁਨ ਉਗਰਾਹਾਂ ਨੇ ਕਿ 17 ਅਤੇ 18 ਫਰਵਰੀ ਨੂੰ ਦੋ ਦਿਨ ਦੇ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ ਕਿਉਂਕਿ 16 ਫਰਵਰੀ ਨੂੰ ਪਹਿਲਾਂ ਪ੍ਰਦਰਸ਼ਨ ਵੱਡਾ ਕੀਤਾ ਪੂਰਾ ਭਾਰਤ ਬੰਦ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਭਾਰਤ ਬੰਦ ਹੋਇਆ ਸੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਜਦੋਂ 4 ਵਜੇ ਸਮਾਪਤੀ ਹੋਈ 4 ਵਜੇ ਸਾਰੇ ਪੰਜਾਬ ਦੇ ਰੋਡ ਚਾਲੂ ਹੋਏ 4 ਵਜੇ ਦੁਕਾਨਾਂ हां ਖੁੱਲ੍ਹੀ ਅੱਜ ਨਹੀਂ ਕਿ ਜਿਹੜਾ ਆਵਾਜ਼ ਆਈ ਸੀ ਉਹ 4 ਵਜੇ ਸ਼ੁਰੂ ਹੋਈ ਉਸ ਤੋਂ ਬਾਅਦ ਭਾਰਤੀ ਕਿਸਾਨ ਜੂਨ ਨੇ ਉਗਰਾਹਾ ਨੇ ਨਾਲ ਦੀ ਨਾਲ 17 ਅਤੇ 18 ਫਰਵਰੀ ਦਾ ਇੱਕ ਵੱਡਾ ਪਲਾਨ ਬਣਾਇਆ ਉਹ ਪਲਾਨ ਕੀ ਆ ਉਹਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਭਾਰਤੀ ਕਿਸਾਨ ਜੂਨ ਉਗਰਾਹਾ ਦੇ ਸੂਬੇ ਦੇ ਆਗੂ ਜਗਤਾਰ ਸਿੰਘ ਕਾਲਾਚੜ ਮੌਜੂਦ ਨੇ ਜਗਤਾਰ ਜੀ 16 ਫਰਵਰੀ ਦਾ ਬੰਦ ਰਿਹਾ ਪਹਿਲਾਂ 4 ਵਜੇ ਤੱਕ ਬੰਦ ਰੱਖਿਆ ਉਸ ਤੋਂ ਬਾਅਦ ਤੁਹਾਡਾ ਹੁਣ ਕੀ ਪਲਾਨ ਆ 17 ਤੇ 18 ਫਰਵਰੀ ਦੇ ਤੁਸੀਂ ਕੋਈ ਪਲਾਨਿੰਗ ਕੀਤੀ ਆ ਬਿਲਕੁਲ ਅਸੀਂ ਅੱਜ ਬਕਾਇਦਾ ਛੂਬਾ ਕਮੇਟੀ ਦੀ ਪੰਜ ਮੈਂਬਰੀ ਦੀ ਮੀਟਿੰਗ ਕੀਤੀ ਹੈਗੀ ਆ ਉਸ ਮੀਟਿੰਗ 'ਚ ਅਸੀਂ ਫੈਸਲਾ ਕੀਤਾ ਕਿ ਜੋ ਅਸੀਂ ਪੰਜਾਬ ਸਰਕਾਰ ਦੇ ਖਿਲਾਫ 24 ਤੋਂ ਪੱਕਾ ਮੋਰਚਾ ਲਾਉਣਾ ਸੀਗਾ ਉਹ ਅਸੀਂ ਆਣ ਮੇਥੇ ਸਮੇ ਦਾ ਮੋਰਚਾ ਸੀ ਉਹ ਆਣ ਮੇਥੇ ਸਮੇ ਵਾਸਤੇ ਉਹਨੂੰ ਅਸੀਂ ਰੱਦ ਕਰਤਾ ਆਉਣ ਵਾਲੇ ਦੇ ਨਾਂ 'ਚ ਇਸ ਕਰਕੇ ਅਸੀਂ ਅੱਜ ਫੈਸਲਾ ਕੀਤਾ ਕਿਉਂਕਿ ਇੱਥੋਂ ਦੀ ਮੋਦੀ ਹਕੂਮਤ ਆ ਜਿਹੜੀ ਉਹ ਵੱਡੀਆਂ-ਵੱਡੀਆਂ ਕੰੰਧਾ ਕੱਢ ਕੇ ਉਹ ਵੱਡੇ-ਵੱਡੇ ਕਿਲ ਗੱਡ ਕੇ ਵੱਡੀਆਂ-ਵੱਡੀਆਂ ਮਤਲਬ ਉੱਥੇ ਅਥਰੂ ਗੈਸ ਦੇ ਗੋਲੇ ਸੱਟ ਕੇ ਉੱਥੇ ਰੋਜ਼ ਗੋਲਾਵਾਰੀ ਕਰਕੇ ਸਾਡੇ ਕਿਸਾਨਾਂ ਨੂੰ ਜਣੀ ਤਸੱਦਤ ਕੀਤਾ ਜਾ ਰਿਹਾ ਇਸ ਕਰਕੇ ਠੀਕ ਆ ਉਹ ਗੱਲ ਸਾਡੇ ਭਰਾ ਜਣੀ ਉਹ ਵੱਖ ਤੌਰ ਤੇ ਗਏ ਨੇ ਜੇ ਅਸੀਂ ਸਾਰੇ ਇਕੱਠੇ ਹੋ ਕੇ ਜਾਂਦੇ ਫੇਰ ਇਹ ਮਾਹੌਲ ਨਹੀਂ ਸੀ ਬਣਨਾ ਕੋਈ ਗੱਲ ਨਹੀਂ ਸਾਡੀਆਂ ਮੰਗਾਂ ਤੇ ਗਏ ਨੇ ਕਿਸਾਨਾਂ ਦੀਆਂ ਮੰਗਾਂ ਤੇ ਗਏ ਨੇ ਜੇਕਰ ਸਰਕਾਰ ਇਹ ਕਹੋਗੀ ਨਾ ਉਹਨਾਂ ਨੂੰ लाठी ਦੇ ਗੋਲੀ ਦੇ ਜ਼ੋਰ ਦਵਾ ਦੇਵਾਂਗੇ ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਕੱਲ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਪੂਰੇ ਮਤਲਬ ਪੰਜਾਬ ਦੇ ਵਿੱਚ ਵੀ ਦੂਜੇ ਸੂਬਿਆਂ ਦੇ ਵਿੱਚ ਵੀ ਟੋਲ ਫ੍ਰੀ ਕੀਤੇ ਗਏ ਨੇ ਭਾਰਤੀ ਕਿਸਾਨ ਜਨੋਗਰਾਹਾਂ ਅਤੇ ਭਾਰਤੀ ਕਿਸਾਨ ਜਨੋ ਡਕਾਉਂਦਾ ਮਨਜੀਤ ਨੇਰ ਵੱਲੋਂ ਜਣੀ ਰੇਲਾਂ ਜਾਮ ਕੀਤੀਆਂ ਗਈਆਂ ਨੇ ਜਣੀ ਅੱਜ ਵੀ ਪੂਰਾ ਭਾਰਤ ਬੰਦ ਆ ਜਿਹੜਾ ਉਹ ਸਾਰੀਆਂ ਜਥੇਬੰਦੀਆਂ ਇੱਥੇ ਵੀ ਕੇਜੂ ਡਕਾਉਂਦਾ ਜਣੀ ਬੂਟਾ ਸਿੰਘ ਬੁਰਜਗੱਲ ਉਹਨਾਂ ਦੀ ਜਥੇਬੰਦੀ ਹੋਰ ਜਥੇਬੰਦੀਆਂ ਨੇ ਇਸ ਕਰਕੇ ਇਹ ਲੋਕ ਨੇ ਉਹ ਇਹ ਜਿਹੜੀ ਇਸ ਤਰ੍ਹਾਂ ਦਾ ਜ਼ਬਰ ਲੋਕ ਬਰਦਾਸ਼ਤ ਨਹੀਂ ਕਰਨਗੇ ਅਸੀਂ ਨੇ ਜਣੀ ਭਾਰਤੀ ਕਿਸਾਨ ਜਨੋ ਏਕਤਾ ਗਰਾਹਾਂ ਵੱਲੋਂ ਇਹ ਫੈਸਲਾ ਕੀਤਾ ਕੇ ਕੱਲ ਨੂੰ 17 ਤਰੀਕ ਤੋਂ ਇਹਨਾਂ ਦੇ ਮੁੱਖ ਵੱਡੇ ਚਿਹਰੇ ਨੇ ਪੰਜਾਬ ਪ੍ਰਧਾਨ ਭਾਜਪਾ ਦਾ ਜਿਹੜਾ ਹੈਗਾ ਉਹਦੇ ਘਰ ਦੇ ਮੂਹਰੇ ਅਸੀਂ ਬੈਠਾਂਗੇ ਸੁਨੀਲ ਜਾਖੜ ਦੇ ਸਾਬਕਾ ਮੁੱਖ ਮੰਤਰੀ ਕਪਟਨ ਅਮਨਿੰਦਰ ਸਿੰਘ ਉਹਦੀ ਕੋਠੀ ਘੇਰਾਂਗੇ ਕੱਲ ਨੂੰ ਤੇ ਇਹਨਾਂ ਦਾ ਜਿਹੜਾ ਐਮ ਐਲ ਏ ਹੈਗਾ ਇੱਥੋਂ ਦਾ ਬਰਨਾਲੇ ਵਾਲਾ ਕੇਬਲ ਢੱਲੋਂ ਉਹਦੇ ਤਿੰਨ ਵੱਡੇ ਮੋਰਚੇ ਸਾਡੇ ਉੱਥੇ ਲੱਗਣਗੇ ਤੇ ਇਹ ਮੋਰਚ ਐਵੇਂ ਨਹੀਂ ਹੈ ਜਣੇ ਕਿ ਵੱਡੇ ਮੋਰਚੇ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਚ ਤੇ ਕੇਬਲ ਢਿੱਲੋਂ ਦੇ ਬਰਨਾਲਾ ਚ ਤੇ ਸੁਨੀਲ ਜਾਖੜ ਦਾ ਕਿੱਥੇ ਕਿਹੜਾ ਕਰਕੇ ਸੁਨੀਲ ਜਾਖੜ ਦੇ ਜਣੀ ਉਹ ਫਾਜ਼ਲ ਕਾਲੇ ਪਾਸੇ ਤੇ ਉਧਰਲੇ ਪਾਸੇ ਹੈਗਾ ਉਹ ਉਸ ਥਾਂ ਦੇ ਉੱਤੇ ਵੱਡਾ ਸਾਡਾ ਮੋਰਚਾ ਉੱਥੇ ਲੱਗੂਗਾ ਤੇ ਅਸੀਂ ਟੋਲ ਫ੍ਰੀ ਕਰਾਂਗੇ ਇਹ ਸਾਡਾ 2 ਦਿਨ ਦਾ ਪ੍ਰੋਗਰਾਮ ਆ। ਸ joint ਮੋਰਚੇ ਦੀ ਮੀਟਿੰਗ ਆ ਜਿਹੜਾ ਕੋਈ ਪ੍ਰੋਗਰਾਮ ਅਗਲਾ ਆਊਗਾ ਕਿਉਂਕਿ ਐਤਵਾਰ ਦੀ ਮੀਟਿੰਗ ਸੱਦ ਲਈ ਸਰਕਾਰ ਨੇ ਐਤਵਾਰ ਦੀ ਮੀਟਿੰਗ 'ਚ ਥੋਸ ਮੰਗਾਂ ਤੇ ਸਰਕਾਰ ਨੇ ਜੇ ਸਹਿਮਤੀ ਨਾ ਬਣਾਈ ਐਮਐਸਪੀ ਤੇ ਸਰਕਾਰੀ ਖਰੀਦ ਦੀ ਗਾਰੰਟੀ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਚੋਂ ਬਾਹਰ ਆਵੇ ਕਿਸਾਨਾਂ ਦਾ ਕਰਜ਼ਾ ਖੰਬੂਚਾ ਖਤਮ ਕਰੇ ਇਹਨਾਂ ਮੰਗਾਂ ਦੇ ਉੱਤੇ ਜੇ ਠੋਸ ਗੱਲਬਾਤ ਨਹੀਂ ਆਉਂਦੀ ਸਰਕਾਰ ਲੈ ਕੇ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਫੈਸਲੇ ਨੇ ਜਿਹੜੇ ਉਹ ਲਗਾਤਾਰ ਆ ਜਿਹੜੀ ਭਾਰਤੀ ਕਿਸਾਨ ਜਿਹਨੂੰ ਕੱਲ ਵੀ ਐਲਾਨ ਕੀਤਾ ਕਿ ਭਰਾਵੋ ਜਜੇ ਰਹੋ ਡਟੇ ਰਹੋ ਕੋਈ ਗੱਲ ਨਹੀਂ ਅਸੀਂ ਆਗੇ ਮੈਦਾਨ 'ਚ ਇਸ ਕਰਕੇ ਰੋਜ਼ ਮੈਦਾਨ 'ਚ ਨੇ ਲੋਕ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਇਹ ਮਾਹੌਲ ਆ ਜਿਹੜਾ ਇੱਥੇ ਨਹੀਂ ਰਹਿਣਾ ਇਹ ਇਹ ਮਾਹੌਲ ਨੇ ਦੂਜੇ ਸੂਬਿਆਂ 'ਚ ਇਹਨਾਂ ਦੇ ਮੰਤਰੀਆਂ ਨੂੰ ਘਰਾਂ 'ਚ ਬਣਨੋਂ ਬੰਦ ਕਰ ਦੇਵਾਂਗੇ ਇਹ ਕਹਿੰਦੇ ਅਸੀਂ ਦਿੱਲੀ ਨਹੀਂ ਬਣਨਦੇ ਲੋਕ ਇਹਨਾਂ ਨੂੰ ਪਿੰਡਾਂ 'ਚ ਹਰਿਆਣੇ ਵਾਲਿਆਂ ਨੇ ਹਰਿਆਣੇ 'ਚ ਨਹੀਂ ਬਣਨਦੇ ਯਾਨੀ ਕਿ ਜਿਹੜੇ ਅਥਰੂ ਗੈਸ ਦੇ ਗੋਲੇ ਉੱਥੇ ਸੁੱਟੇ ਗਏ ਨੇ ਜਾਂ ਜੋ ਵੀ ਤਸੱਦਦ ਕਿਸਾਨਾਂ 'ਤੇ ਹੋਏ ਨੇ ਨੌਜਵਾਨ ਕਾਫੀ ਜ਼ਖਮੀ ਹੋਏ ਨੇ ਕਿਤੇ ਨਾ ਕਿਤੇ ਵੀ ਕੇਂਦਰ ਸਰਕਾਰ ਨੇ ਇਹ ਬਹੁਤ ਗਲਤ ਕੀਤਾ ਇਹਦੇ ਨਾਲ ਬਹੁਤ ਜਿਆਦਾ ਸਿਸਟਮ ਜਿਵੇਂ ਤੁਸੀਂ ਵੀ ਉੱਠਿਓ ਏਸੇ ਰੋਸ ਵਜੋਂ ਉੱਠ ਰਹੇ ਹੋ ਤੁਸੀਂ ਵੀ ਦੇਖੋ ਜੰਗ ਵਰਗਾ ਮਾਹੌਲ ਬਣਿਆ ਹੋਇਆ ਜਿਵੇਂ ਦੋ ਦੇਸ਼ਾਂ ਦੀ ਲੜਾਈ ਲੱਗਦੀ ਹੁੰਦੀ ਆ ਇਸ ਤਰੀਕੇ ਨਾਲ ਜਿਹੜੇ ਲੱਤਾਂ ਟੁੱਟੀਆਂ ਨੇ ਸਾਡੇ ਭਰਾਵਾਂ ਦੇ ਲੱਤਾਂ ਦੇ ਉੱਤੇ ਲੱਗੇ ਨੇ ਆ ਕੇ ਜਿਹੜੇ ਜਣੀ ਨੌਜਵਾਨਾਂ ਦੇ ਸਰਲੇ ਲੱਗੇ ਨੇ ਅੱਖਾਂ ਗਈਆਂ ਨੇ ਸਾਡੇ ਨੌਜਵਾਨਾਂ ਦੀ ਐਡਾ ਬੜਾ ਤਸੱਦਤ ਇਹ ਤਾਂ ਦੂਜੇ ਦੂਜੇ ਦੇਸ਼ਾਂ ਨਾਲ ਵੀ ਜਦੋਂ ਟੱਕਰ ਹੁੰਦੀ ਆ ਉਦੋਂ ਵੀ ਸੋਚ ਸਮਝ ਕੇ ਹੁੰਦਾ ਇਸ ਕਰਕੇ ਇਹ ਲੋਕ ਨੇ ਜਿਹੜੇ ਬਰਦਾਸ਼ਤ ਨਹੀਂ ਕਰਨਗੇ ਮੋਦੀ ਨੂੰ ਕਿਤੇ ਭਲੇਖਾ ਹੋਵੇ ਕਿਹੜੇ ਬਾਗ ਦੀ ਮੂਲੀਆਂ ਮੋਦੀ ਇਹ ਤਾਂ ਲੋਕਾਂ ਨੇ ਔਰੰਗਜ਼ੇਬ ਨਹੀਂ ਛੱਡਿਆ ਇੱਥੇ ਅੰਗਰੇਜ਼ ਕਹਿੰਦੇ ਸਾਡੇ ਰਾਜ ਤਾਂ ਸੂਰਜ ਨਹੀਂ ਸਿੱਪਦਾ ਇਸ ਕਰਕੇ ਇੱਥੇ ਮੁਗਲ ਨਹੀਂ ਰਹੇ ਇਹ ਲੋਕ ਤਾਕਤ ਆ ਇਹ ਲੋਕ ਤਾਕਤ ਇਕੱਠੀ ਹੋ ਰਹੀ ਆ ਲੋਕਾਂ ਦੇ ਸਮਝ ਆਜਾਏ ਨੇ ਲੋਕ ਕਬੱਡੀ ਗਿਰਤੀ ਚ ਆ ਦੁਕਾਨਦਾਰ ਭਰਾ ਪਹਿਲਾ ਕਦੋਂ ਆਉਂਦੇ ਤੇ ਇਹਨਾਂ ਨੂੰ ਪਤਾ ਲੱਗ ਗਿਆ ਫੋਰਚੂਨ ਵਪਾਰ ਤੇ ਹਮਲਾ ਫੋਰਚੂਨ ਦੇ ਵੱਡੇ ਮਾਲ ਬਾਲ ਮਾਲ ਉਲਟਾ ਵਰਗੇ ਮੌਲ ਆ ਰਹੇ ਨੇ ਕਿਰਤੀਆਂ ਨੂੰ ਮਜ਼ਦੂਰਾਂ ਨੂੰ ਪਤਾ ਲੱਗ ਗਿਆ ਵੀ ਇਹ ਕਿਰਤ ਕਾਨੂੰਨ ਲਿਆ ਕੇ ਸਾਡੀ ਲੇਬਰ ਨੂੰ ਸੰਘਣਗੇ ਕਿਸਾਨਾਂ ਨੂੰ ਪਤਾ ਲੱਗ ਗਿਆ ਵੀ ਵੱਡੀਆਂ ਜ਼ਮੀਨਾਂ ਬਣਾ ਇੱਥੇ ਵੱਡੇ ਫਾਰਮ ਬਣਾ ਕੇ 50 5000 ਏਕੜ ਦੇ ਫਾਰਮ ਹੈਲੀਕਾਪਟਰਾਂ ਸਪਰਿਆ ਕਰਕੇ ਇੱਥੇ ਜ਼ਮੀਨ ਨਹੀਂ ਛੱਡਣੀ ਕਿਸਾਨਾਂ ਕੋਲੇ ਇਸ ਕਰਕੇ ਕੁੱਲ ਵਰਗ ਜਿਹੜਾ ਇਕੱਠਾ ਹੋ ਰਿਹਾ ਆਉਣ ਵਾਲੇ ਦਿਨਾਂ ਚ ਮੋਦੀ ਦੀਆਂ ਜੜਾਂ ਹਿਲਾਵਾਂਗੇ ਇਹ ਮੋਦੀ ਹਕੂਮਤ ਜਾਤਾ ਮੰਗਾ ਮੰਨ ਲੇ ਨਹੀਂ ਆ ਲੋਕਾਂ ਦਾ ਰੋਹ ਚਾਲਣ ਵਾਸਤੇ ਤਿਆਰ ਨੇ ਬਿਲਕੁਲ ਹੁਣ ਤੁਸੀਂ 17 18 ਦੀ ਗੱਲਬਾਤ ਕੀਤੀ ਆ ਫਿਰ ਟੋਲ ਪਲਾਜੇ 17 ਫਰਵਰੀ ਨੂੰ ਕਿੰਨੇ ਵਜੇ ਬੰਦ ਕਰੋਗੇ ਕਿੰਨੇ ਵਜੇ ਪਹੁੰਚੋਗੇ ਸਾਰੇ ਟੋਲ ਪਲਾਜੇ ਤੇ ਕੱਲ ਨੂੰ ਸਵੇਰ ਤੋਂ ਸਵੇਰੇ 8 ਵਜੇ ਤੋਂ ਬੰਦ ਕਰ ਦਿਆਂਗੇ ਟੋਲ ਪਲਾਜੇ ਜੀ ਹਾਂ ਹਾਂ ਕੱਲ ਨੂੰ 8 ਵਜੇ ਤੋਂ 17 ਫਰਵਰੀ ਨੂੰ ਸਾਰਾ 17 ਫਰਵਰੀ ਹੋਗੀ 18 ਫਰਵਰੀ ਹੋਗੀ ਤੇ ਵੱਡੇ ਵੱਡੇ ਟੋਲ ਪਲਾਜੇ ਜਿਵੇਂ ਲਾਡੋਵਾਲ ਦਾ ਟੋਲ ਪਲਾਜਾ ਜਾਂ ਹੋਰ ਪੰਜਾਬ ਦੇ ਸਾਰੇ ਟੋਲ ਪਲਾਜੇ ਲਾਡੋਵਾਲ ਟੋਲ ਪਲਾਜਾ ਬੰਦ ਕਰਾਂਗੇ ਲੁਧਿਆਣਾ ਜ਼ਿਲ੍ਹੇ ਵੱਲੋਂ ਲਾਡੋਵ ਕਾਲਾ ਚਾ ਟੋਲ ਬਲਾਜਾ ਬੰਦ ਕਰਾਂਗੇ ਜਣੀ ਜਿਹੜੇ ਜਿਹੜੇ ਜ਼ਿਲ੍ਹਿਆਂ 'ਚ ਹੈਗੇ ਉਹ ਜ਼ਿਲ੍ਹੇ ਨੇ ਆਪਣੀਆਂ ਬਯੰਤਾ ਬਣਾਉਣੀਆਂ ਨੇ ਇਸ ਕਰਕੇ ਇਹ ਜਿਹੜੇ ਵੱਡੇ ਇਕੱਠ ਨੇ ਮੇਨ ਇਕੱਠ ਕਰਾਂਗੇ ਅਸੀਂ ਇਹਨਾਂ ਦੇ ਤਿੰਨ ਅਸੀਂ ਮੇਨ ਇਹਨਾਂ ਦੇ ਜਿਹੜੇ ਉਹ ਜਿਹੜੇ ਇਹਨਾਂ ਦੇ ਦੋ ਗੱਲ ਗੱਦ ਚਿਹਰੇ ਨੇ ਜਿਹੜੇ ਉਹਨਾਂ ਦੇ ਅੱਗੇ ਹਾਈਲਾਈਟ ਕਰਾਂਗੇ ਇਹ ਹਾਈਲਾਈਟ ਇੱਥੇ ਨਹੀਂ ਹੋਣਾ ਹਰਿਆਣੇ ਵਾਲੇ ਵੀ ਘੇਰ ਲੈਣਗੇ ਜੂਪੀ ਵਾਲੇ ਨਹੀਂ ਬੜਨ ਦੇਣੇ ਜਿਹੜੇ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਿਕਲ ਦੰਦੇ ਉਹ ਇਹਨਾਂ ਨੂੰ ਉੱਥੇ ਨਹੀਂ ਬੜਨ ਦੰਦੇ ਇਸ ਕਰਕੇ ਗੱਲ ਨੇ ਵਿਸਾਲ ਹੋਣਾ ਇਸ ਕਰਕੇ ਜਦੋਂ ਮੋਦੀ ਦੇ ਪਹਿਲਾਂ ਪੁਤਲੇ ਭੂਕੇ ਨੇ ਨਾ ਉਹਦੇ ਜਿਹ ਵੀ ਆ ਪਟਾਕੇ ਬੰਬਾਂ ਨਾਲ ਕੀ ਹੋਊਗਾ ਉਹ ਜਿਹੜੇ ਪਟਾਕੇ ਵੱਜੇ ਬੰਬ ਵੱਜੇ ਉਹਨਾਂ ਦੇ ਜਦੋਂ ਜਦੋਂ ਚਿੰਗਿਆਰੇ ਗਰੇ ਨਾ ਉਹਨਾਂ ਨੇ ਜਾ ਕੇ ਹਰਿਆਣੇ ਦੇ ਵਿੱਚ ਖੱਟੜ ਦਾ ਜਹਾਜ਼ ਨਹੀਂ ਉਤਰਨ ਦਿੱਤਾ ਉਹ ਇਹ ਚਿੰਗਿਆੜੇ ਨੇ ਚਿੰਗਿਆੜੇ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਲੋਕ ਨੇ ਜਿਹੜੇ ਉਹ ਸੰਘਰਸ਼ ਦੇ ਮੈਦਾਨ 'ਚ ਡਟ ਗਏ ਤੇ ਮੋਦੀ ਹਕੂਮਤ ਨੂੰ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਇਸ ਤਰੀਕੇ ਨਾਲ ਲੋਕਾਂ ਨੂੰ ਕੁੱਟ ਕੇ ਦਬਾ ਦੇਣਗੇ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਜ਼ਿਕਰ ਕੀਤਾ ਤੁਸੀਂ ਸੁਨੀਲ ਜਾਖੜ ਦੀ ਕੋਠੀ ਦਾ ਤੇ ਕੇਵਲ ਢਿੱਲੋਂ ਦੀ ਕੋਠੀ ਦਾ ਉੱਥੇ ਦਿਨ ਰਾਤ ਦਾ ਦਰਨਾ ਉਹਨਾਂ ਦੀ ਕੋਠੀ ਦੇ ਅੱਗੇ ਹੋਵੇਗਾ ਬਿਲਕੁਲ ਦਿਨ ਰਾਤ ਦਾ ਦਰਨਾ ਉੱਥੇ ਟਰਾਲੀਆਂ ਦੇ ਵਿੱਚ ਲੰਗਰ ਹੋਊਗਾ ਉੱਥੇ ਸਾਡਾ ਪ੍ਰਬੰਧ ਹੋਊਗਾ ਦਿਨ ਰਾਤ ਦਾ ਦਰਨਾ ਦਿਨ ਰਾਤ ਦਾ ਪੱਕਾ ਦਰਨਾ ਸਾਡਾ ਉੱਥੇ ਜਾਰੀ ਰਹੇਗਾ ਬਿਲਕੁਲ ਜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇੱਕ ਵੱਡਾ ਪਲਾਨ ਤਿਆਰ ਕੀਤਾ ਕਿ ਅਸੀਂ ਬੀਜੇਪੀ ਦੇ ਲੀਡਰਾਂ ਦਾ ਘਰਾਂ ਦਾ ਘਰਾਓ ਕਰਾਂਗੇ ਅਤੇ ਟੋਲ ਪਲਾਜ਼ੇ ਫ੍ਰੀ ਹੋਣਗੇ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖੀਆਂ ਨੇ ਪਹਿਲਾਂ ਵੀ ਸ਼ੰਭੂ ਬਾਰਡਰ ਦੀਆਂ ਖਨੌਰੀ ਬਾਰਡਰ ਦੀਆਂ ਕਿ ਸਾਡੇ ਮਤਭੇਦ ਹੋ ਸਕਦੇ ਨੇ ਪਰ ਸਾਡੇ ਭਾਈ ਨੇ ਸਾਡੇ ਨੌਜਵਾਨ ਭਰਾ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹਰਿਆਣਾ ਸਰਕਾਰ ਨੇ ਕੀਤਾ ਕਿ ਉਹ ਨੁਕਸਾਨ ਆ ਜਿਹੜਾ ਨਾ ਸਹਿਣਯੋਗ ਆ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ 17 ਅਤੇ 18 ਫਰਵਰੀ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਫ੍ਰੀ ਕਰੇਗੀ ਅਤੇ ਜਿਹੜੇ ਭਾਜਪੀ ਦੇ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਕੇਵਲ ਸਿੰਘ ਢਿੱਲੋਂ ਸੀਨੀਅਰ ਲੀਡਰ ਨੇ ਭਾਜਪੀ ਦੇ ਉਹਨਾਂ ਦੇ ਘਰ ਦਾ 2 ਦਿਨ ਲਈ ਘਰਾਓ ਕੀਤਾ ਜਾਵੇਗਾ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ